ਸੋਚ ਦਾ ਸੀ ਬਾਪੂ ਕਿਸੇ ਮੈਂ ਕਮੀ ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਆ ਰਿਹਾ ਅਤੇ ਇਸ ਮੌਕੇ ਸਿੱਖ ਕੌਮ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਦੀ ਹੋਈ ਹੋਲੀ ਦੇ ਬਰਾਬਰ ਹੋਲਾ ਮਹੱਲਾ ਮਨਾਉਂਦੀ ਹੈ। ਖਾਲਸੇ ਦੇ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਜਿੱਥੇ ਦੁਨੀਆ ਭਰ ਤੋਂ ਸਿੱਖ ਸੰਗਤ ਪਹੁੰਚਦੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਜਵਾਨੀ ਦੇ ਕੁਝ ਹਿੱਸੇ ਵੱਲੋਂ ਟਰੈਕਟਰਾਂ ਨਾਲ ਉੱਚੀ ਆਵਾਜ਼ ਵਿੱਚ ਲਾਏ ਸਪੀਕਰਾਂ ਨਾਲ ਅਤੇ ਹੋਰ ਬੇਫਜ਼ੂਲ ਤਰੀਕਿਆਂ ਨਾਲ ਹੋਲੇ ਮਹੱਲੇ ਮੌਕੇ ਕਈ ਤਰ੍ਹਾਂ ਦੀਆਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਜੋ ਕਿ ਇਸ ਖਾਲਸਾਈ ਪਰੰਪਰਾ ਨੂੰ ਦਾਗ ਲਾਉਂਦੀਆਂ ਨੇ। ਇਹ ਵੀਡੀਓ ਦੇਖੋ ਕਿ ਕਿਵੇਂ ਕੁਝ ਨੌਜਵਾਨ ਟਰੈਕਟਰਾਂ ਦੇ ਸਲੰਸਰਾਂ ਰਾਹੀਂ ਜ਼ਹਿਰੀਲਾ ਧੂੰਆਂ ਕੱਢ ਰਹੇ ਸੀ, ਕੰਨ ਪਾੜਵੀਂ ਆਵਾਜ਼ 'ਚ ਉੱਚੀ ਗੀਤ ਵਜਾ ਰਹੇ ਸੀ। ਇਸ ਮੌਕੇ ਪੁਲਿਸ ਨੇ ਆ ਕੇ ਇਹਨਾਂ ਨੂੰ ਰੋਕਿਆ ਅਤੇ ਇਹਨਾਂ ਦੇ ਟਰੈਕਟਰ ਜ਼ਬਤ ਕੀਤੇ। ਦੱਸਿਆ ਜਾ ਰਿਹਾ ਕਿ ਇਹ ਸਭ ਅਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਰਾਹਾਂ 'ਤੇ ਕੀਤਾ ਗਿਆ। ਸਿੱਖ ਹੋਮਲੈਂਡ ਪੰਜਾਬ ਦੀ ਧਰਤੀ 'ਤੇ ਅਜਿਹੀਆਂ ਹਰਕਤਾਂ ਸਾਡੇ ਇਹਨਾਂ ਨੌਜਵਾਨਾਂ ਲਈ ਸਹੀ ਨਹੀਂ। ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜੂਝ ਮਰਨ ਦਾ ਚਾਅ ਪੈਦਾ ਕਰਦੀ ਹੈ। ਅਜਿਹੀਆਂ ਹਰਕਤਾਂ ਤਾਂ ਬੇਸ਼ਰਮ ਲੋਕ ਕਰਦੇ ਹੋਣਗੇ, ਪੰਜਾਬ ਦੇ ਜਾਏ ਇਹ ਸਭ ਕਰਦੇ ਚੰਗੇ ਨਹੀਂ ਲੱਗਦੇ।